कांग्रेसी नेता नरेश पुरी की ओर से अपने निवास स्थान पर कार्यकर्ताओं सहित देश के पहले प्रधानमंत्री पंडित जवाहरलाल नेहरू के जन्मदिवस के उपलक्ष्य पे कार्यक्रम का आयोजन किया गया इस मौके पर नरेश पुरी और कांग्रेसी कार्यकर्ताओं द्वारा देश के प्रथम प्रधानमंत्री पंडित जवाहरलाल नेहरू की तस्वीर पर पुष्प अर्पित किए गए वे श्रद्धा सुमन भेंट की गई जानकारी देते हुए कांग्रेसी नेता नरेश पुरी ने बताया ਾਰੇ ਸਾਥੀ ਇਕੱਠੇ ਹੋ ਕੇ ਅਸੀਂ ਆਪਣੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਚਾਚਾ ਨਹਿਰੂ ਨੂੰ ਸ਼ਰਧਾਂਜਲੀ ਅਰਪਿਤ ਕਰ ਰਹੇ ਹਾਂ ਅੱਜ ਉਹਨਾਂ ਦਾ ਜਨਮ ਦਿਵਸ ਹੈ ਜਿਹੜਾ ਬਾਲ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ ਅਸੀਂ ਸਾਰੇ ਵਚਨਬੱਧ ਹਾਂ ਸਾਥੀ ਕਿ ਉਹਨਾਂ ਦੇ ਦੱਸੇ ਹੋਏ ਰਸਤੇ ਦੇ ਚੱਲਦੇ ਹੋਏ ਆਪਣੇ ਦੇਸ਼ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਵਾਂਗੇ ਜਿਸਾਂ ਤੁਸੀਂ ਸਾਰੇ ਜਾਣਦੇ ਹੋਗੇ ਚਾਚਾ ਨਹਿਰੂ ਨੂੰ ਆਪਣੇ ਦੇਸ਼ ਦੇ ਬਾਲ ਮਾਵਾਂ ਦੇ ਲਾਲ ਔਰ ਗੁਲਾਬ ਨਾਲ ਬੜਾ ਪਿਆਰ ਸੀ ਉਹਨਾਂ ਦੀ ਇੱਕੋ ਪਹਿਚਾਣ ਸੀ ਕਿ ਉਹ ਆਪਣੀ ਡਰੈਸ ਤੇ ਗੁਲਾਬ ਦਾ ਫੁੱਲ ਲਗਾਉਂਦੇ ਸੀ ਔਰ ਜਦੋਂ ਵੀ ਉਹਨਾਂ ਦੇ ਕੋਈ ਫੰਕਸ਼ਨ ਹੁੰਦਾ ਸੀ ਔਰ ਬੱਚਿਆਂ ਨੂੰ ਉੱਥੇ ਸਪੈਸ਼ਲੀ ਇਨਵਾਈਟ ਕੀਤਾ ਜਾਂਦਾ ਸੀ ਔਰ ਇਸੇ ਕਰਕੇ ਉਹਨਾਂ ਦਾ ਨਾਮ ਚਾਚਾ ਨਹਿਰੂ ਪਿਆ ਅੱਜ ਅਸੀਂ ਸਾਰੇ ਉਹਨਾਂ ਦੇ ਜਨਮ ਦਿਵਸ ਤੇ ਇਕੱਠੇ ਹੋ ਕੇ ਉਹਨਾਂ ਨੂੰ ਯਾਦ ਕਰ ਰਹੇ ਹਾਂ ਔਰ ਸ਼ਰਧਾਂਜਲੀ ਅਰਪਿਤ ਕਰ ਰਹੇ ਹਾਂ ਜੈ ਹਿੰਦ ਜੈ ਬਾਦ